you like this video, please subscribe the channel, like and share this video. नमस्कार दर्शकों, मैं किरण वशिष्ठ थोड़ा स्वागत करता खबर बाद दोपहर के जेकर तुम साडे चैनल हुण तक सबसक्राइब नहीं किया तो सबसक्राइब करो, खुद भी सबसक्राइब करो, दोस्तों तो भी सबसक्राइब कराओ ताकि साडे चैनल दे हरेक खबर हरेक प्रोग्राम तुहाडे तक पहुँच सके। दर्शकों, एक नौजवान ने अपने आप नूं गोली मार के आत्महत्या कर ली। खबर दुख भरी है, लेकिन इस खबर के पिछे की सच्चाई सुन के तुम भी हैरान हो जाओगे। इस नौजवान ने 2 साल पहला एक लड़की के नाल ब्याह करवाया पूरे रीति रिवाज के नाल, उस तो बाद आइलैट्स करवा के कनेडा भेज दिता। कनेडा भेजन तो बाद ये दोनों आपस में रेंदे रहे, तो जिस समय लड़की पक्का हो गई तो उस तो बाद इस दे कोलों तलाक मंगन लग गई। स्थिति इन्नी ज़्यादा गंभीर हो गई कि इसनों गोली मार के आत्महत्या करनी पई। तुहानू दस दे कि इस सारे के पिछे जो खर्चा होया सी तकरीबन 25 लाख रुपए सी, जो कि इस लड़के ने खर्चे सन। तुसी भी देखो की कहना है इस मृतक दे भरा दा। ਮੇਰੇ 2.5 ਸਾਲ ਪਹਿਲਾਂ ਇਹਨੇ ਮੈਰਿਜ ਹੋਈ ਸੀ ਕਰਮੀਤ ਕੌਰ ਨਾਲ, ਪਿੰਡ ਸੀਲੋ ਡਿਸਟ੍ਰਿਕਟ ਲੁਧਿਆਣਾ। ਬਸ ਉਹਨਾਂ ਦਾ ਇਹਨਾਂ ਨੇ ਸਾਰਾ ਮੈਰਿਜ ਦਾ ਖਰਚਾ ਇਹਨੇ ਕੀਤਾ, ਫਿਰ ਹੁਣ ਕੁੜੀ ਨੂੰ ਬਾਹਰ ਕਰਨ ਦਾ ਸਾਰਾ ਖਰਚਾ ਵੀ ਇਹਨਾਂ ਨੇ ਕੀਤਾ ਸੀ। ਉਹ 6 ਮਹੀਨੇ ਗਈ ਨੂੰ ਹੋਏ ਆ ਅਤੇ ਹੁਣ ਉਹ ਕੁੜੀ ਤਲਾਕ ਮੰਗਦੀ ਆ। ਅਤੇ ਕੋਈ ਪਹਿਲਾਂ ਵਿਆਹ ਤੋਂ ਲਾ ਕੇ ਆਈਲੈਟਸ ਕਰਾਇਆ, ਫਿਰ ਉਸ ਤੋਂ ਬਾਅਦ ਕੁੜੀ ਬਾਹਰ ਭੇਜੀ। ਉਹ ਸਾਰਾ ਖਰਚਾ ਇਹਨਾਂ ਪਰਿਵਾਰ ਦਾ ਸੀ, ਹਰੀਅਲ ਪਰਿਵਾਰ ਦਾ ਸੀ ਤਾਂ ਹੈਗਾ ਸੀ। ਹੁਣ ਦੇਖ ਲਓ 25-30 ਲੱਖ ਰੁਪਏ ਦਾ ਖਰਚਾ ਆ ਹੀ ਗਿਆ ਹੋਣਾ ਜੀ। ਹੁਣ ਉਹ ਇਹਨੂੰ ਸੱਦਦੀ ਨਹੀਂ ਸੀ ਕੁੜੀ। ਅਤੇ ਕੀ ਕਾਰਨ ਜਿਹੜਾ ਇਹਨੂੰ ਕਿਉਂ ਨਹੀਂ ਸੱਦਿਆ ਗਿਆ ਜੀ? ਉਹ ਇਹ ਦੁਨੇਗਾ ਜਿਹੜੇ ਇਹਦੇ ਸਾਧੂ ਸੀ ਅਤੇ ਸਾਲੀ ਸੀ, ਉਹਨਾਂ ਦੇ ਗੱਲਾਂ 'ਚ ਵਿੱਚ ਆਈ ਹੋਈ ਸੀ ਜੀ। ਉਹ ਹੁਣ ਤਲਾਕ ਮੰਗਦੇ ਸੀ ਤਾਂ ਉਹਦੀ ਇੱਕ ਭੈਣ ਇੱਥੇ ਆ ਦੁਨੇਕ ਪਿੰਡ, ਉਹ ਥੋੜ੍ਹਾ ਜਿਹਾ ਪਰੇਸ਼ਾਨ ਕਰਦੀ ਸੀ ਨੂੰ ਸੁਰਜੀਤ ਸਿੰਘ ਨੂੰ, ਅਤੇ ਤਿੰਨਾਂ ਨੇ ਰਲ ਕੇ ਇਹ ਸਾਰਾ ਕੰਮ ਕੀਤਾ ਜੀ, ਜਿਸ ਕਾਰਨ ਇਹਨੇ ਟੈਨਸ਼ਨ ਆ ਗਈ ਦਿਮਾਗ 'ਚ, ਆਪਣੇ ਆਪ ਨੂੰ ਗੋਲੀ ਮਾਰ। ਉਹ ਘਟਨਾ ਇਹ ਹੈ ਵੀ ਇਹ ਮੁੰਡੇ ਦਾ ਨਾ ਵਿਆਹ ਹੋਇਆ ਸੀਗਾ ਕੋਈ 1-1.5 ਸਾਲ ਪਹਿਲਾਂ, ਅਤੇ ਉਹਦੀ ਵਾਈਫ 7 ਮਹੀਨੇ ਹੋ ਗਏ ਕੈਨੇਡਾ ਚਲੀ ਗਈ ਸੀ। ਕੋਈ ਵਾਈਫ ਨਾਲ ਹੀ ਉਹਦੇ ਰਾਤੀ ਕੋਈ ਡਿਸਪਿਊਟ ਹੋਇਆ, ਅਤੇ ਉਹਦੇ ਜਿਹੜੇ ਪੇਰੈਂਟਸ ਆ ਉਹਦੇ ਦੱਸਣ ਮੁਤਾਬਕ ਵੀ ਉਹਦੇ ਕੁੜੀ ਨਾਲ ਜਿਹੜੀ ਵਿਆਹੀ ਸੀ ਉਹਦੇ ਨਾਲ ਕੋਈ ਡਿਸਪਿਊਟ ਹੋਇਆ, ਪਲੱਸ ਜਿਹੜੀ ਉਹਦੀ ਇੱਥੇ ਇੱਕ ਭੈਣ ਸੀਗੀ ਮਤਲਬ ਇਹਦਾ ਸਾਂਢੂ ਸੀ ਉਹਦੇ ਨਾਲ ਕੋਈ ਗੱਲ ਹੋਈ ਹੈ। ਉਸ ਤੋਂ ਬਾਅਦ ਰਾਤੀ ਇਹਨੇ ਸੁਸਾਈਡ ਕਰ ਲਿਆ ਆਪਣੇ ਆਪ ਨੂੰ ਗੋਲੀ ਮਾਰ। ਇਹ ਕਿੰਨੀ ਕੁ ਇਹਦੀ ਏਜ ਹੋਵੇਗੀ ਮੁੰਡੇ ਦੀ? 26 ਸਾਲ। ਇਹ ਜਿਹੜੀ ਖੁਦਕੁਸ਼ੀ ਹੈ ਜਿਹੜੀ ਕਿਹੜੇ ਅਸਲੇ ਨਾਲ ਹੋਈ ਹੈ ਜੀ? ਇਹ 32 ਬੋਰ ਦਾ ਉਹ ਪਿਸਟਲ ਉਹਦੇ ਨਾਲ ਹੋਈ ਹੈ, ਲਾਇਸੈਂਸ ਹੀ ਅਸਲਾ ਸੀ, ਲਾਇਸੈਂਸ ਹੀ ਅਸਲੇ ਦੇ ਨਾਲ ਹੋਈ। ਕਿੰਨੇ ਵਜੇ ਦੀ ਗੱਲ ਹੋਊਗੀ? ਟਾਈਮ ਐਗਜ਼ੈਕਟ ਨਾ ਇਹਨਾਂ ਨੂੰ ਪਤਾ, ਪਰ ਸਵੇਰੇ ਸਵੇਰ ਦੀ ਗੱਲ। ਇਹਦੀ ਕੀ ਕਾਰਵਾਈ ਹੋ ਰਹੀ ਅੱਗੇ? ਇਹਦੇ ਅਸੀਂ FIR ਲਾਂਚ ਕੀਤੀ ਹੈ ਜੀ, FIR ਨੰਬਰ 7 ਅੰਡਰ ਸੈਕਸ਼ਨ 306 IPC। ਇਹ ਕੀਤੇ ਹੋਈ ਜੀ? ਇਹ ਜਿਹੜੀ ਉਹਦੀ ਇੱਕ ਵਾਈਫ ਉਹਦੇ ਤੇ ਪਲੱਸ ਉਹਦਾ ਸਾਂਢੂ ਅਤੇ ਉਹਦੀ ਇੱਕ ਜਿਹੜੀ ਸਾਲੇ ਹਾਰ ਉਹਦੇ ਤੇ। ਸੋ ਦਰਸ਼ਕੋ, ਇਹ ਲੜਕੀ ਤਲਾਕ ਲੈਣ ਤੋਂ ਬਾਅਦ ਆਪਣੇ ਹੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ, ਇਸ ਤਰ੍ਹਾਂ ਦਾ ਕਹਿਣਾ ਹੈ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ। ਅਤੇ ਉਸ ਤੋਂ ਬਾਅਦ ਇਸ ਨੇ ਪਰੇਸ਼ਾਨ ਆ ਕੇ ਕਮਰੇ ਵਿੱਚ ਜਾ ਕੇ ਆਪਣੀ ਰਿਵਾਲਵਰ ਚੱਕੀ ਅਤੇ ਆਪਣੇ ਆਪ ਨੂੰ ਖੁਦ ਨੂੰ ਗੋਲੀ ਮਾਰ ਲਈ। ਅਤੇ ਇਸ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਮਾਮਲਾ ਦਰਜ ਹੋ ਗਿਆ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਆ। ਸੋ ਦਰਸ਼ਕੋ, ਇਹ ਦੁੱਖ ਭਰੀ ਖਬਰ ਸੀਗੀ, ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੜਕੇ ਨੇ ਪਹਿਲਾਂ ਆਪਣੀ ਪਤਨੀ ਨੂੰ ਆਈਲੈਟਸ ਕਰਵਾਇਆ, ਬਾਹਰ ਭੇਜਿਆ, ਲੇਕਿਨ ਜਦੋਂ ਸੁੱਖ ਦਾ ਟਾਈਮ ਆਇਆ ਤਾਂ ਉਸ ਸਮੇਂ ਰਿਸ਼ਤਿਆਂ ਦੇ ਵਿੱਚ ਜੋ ਖਟਾਸ ਪੈਦਾ ਹੋਈ ਉਸ ਕਾਰਨ ਇਸ ਨੂੰ ਜਾਨ ਦੇਣੀ ਪਈ। ਸੋ ਦਰਸ਼ਕੋ, ਅਗਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਖਬਰ ਆ ਜੋ ਤੁਸੀਂ ਸਾਡੇ ਚੈਨਲ 'ਤੇ ਵਿਖਾਉਣਾ ਚਾਹੁੰਦੇ ਹੋ, ਸਾਨੂੰ ਸੰਪਰਕ ਕਰ ਸਕਦੇ ਹੋ 6288-3730 ਦੇ ਉੱਪਰ, ਅਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਖਬਰ ਬਾਤ ਦੁਪਹਿਰ @gmail.com 'ਤੇ। ਇਸੇ ਤਰ੍ਹਾਂ ਵੇਖਦੇ ਰਹੋ ਏਵਰ ਪੰਜਾਬੀ, ਏਵਰ ਨਿਊਜ਼, ਹਰ ਸੱਚ ਤੁਹਾਡੇ ਤੱਕ। ਏਵਨ ਪੰਜਾਬੀ ਦਾ ਸਾਰੇ ਦਰਸ਼ਕਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੋਹਫਾ। ਏਵਨ ਪੰਜਾਬੀ ਉੱਤੇ ਕੋਈ ਵੀ ਧਾਰਮਿਕ ਸਮਾਗਮ ਜਾਂ ਪੇਂਡੂ ਖੇਡਾਂ ਲਾਈਵ ਕਰਵਾ ਸਕਦੇ ਹੋ ਸਿਰਫ 15,000 ਰੁਪਏ ਵਿੱਚ। ਜੀ ਹਾਂ, ਸਿਰਫ 15,000 ਰੁਪਏ ਵਿੱਚ ਤੁਹਾਨੂੰ ਮਲਟੀ ਸੈਟਅਪ ਦੇ ਨਾਲ, ਮਿਕਸਰ ਦੇ ਨਾਲ ਮਿਲੇਗਾ ਵਰਲਡ ਵਾਈਡ ਲਾਈਵ ਔਨ ਏਵਨ ਪੰਜਾਬੀ ਟੀਵੀ। ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ 'ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news,
please subscribe A1 News.